पर सफर ही वो कर सकता है ते सफर मुसाफर वो होता है जिन्नू ज्यादा जानकारी हो। जीवन एक सफर इंदे विच भी हर एक चीज वो है मनुख दे जीवन नाल संबंध रखती हर एक चीज वो है जिन्दू वे जानदा नहीं है मुसाफर। सफर भी कोई एक दो चार घंटे का नहीं एक दो चार दिन का नहीं वर्षों का लंबा सफर है। इंदे विच मौसम भी बदलने मौसम नाल पहरावे भी बदलने ने खुराक भी बदलनिया ने दोस्त भी बदलने इसलिए जेड़ा मनुख ज्ञान भी होना है विचार भी होना है जिंदे कोल पछाण नहीं ओ जीवन दे लंबे सफर विच कदी सफल नहीं होंदा कदम कदम ते धोखा खांदा है कदम कदम ते भुलदा है ठेडे खांदा है। गुरु ने एक ख्याल दे देता है बाबा कबीर जी ने कहता है जीवन एक बड़ा लंबा सफर है
पर मेरे मालिक ने जिन्हें जीवन दिता है, जिन्हें ये सफर में सानू पाया है, वो कोई गरीब नहीं, वो तो अनजान नहीं ना, मैं तो बच्चा हूँ, वो तो बच्चा नहीं। ਸਾਨੂੰ ਜੀਵਨ ਦਾ ਸਫ਼ਰ ਦੇਣ ਲੱਗਿਆ ਜੀਵਨ ਦੀਆਂ ਸਾਰੀਆਂ ਲੋੜਾਂ ਬਾਖੂਬ ਦਿੱਤੀਆਂ ਨੇ ਤੇ ਕੀਮਤੀ ਲੋੜਾਂ ਦਿੱਤੀਆਂ ਨੇ। ਫਿਰ ਉਹ ਕੀਮਤੀ ਲੋੜਾਂ ਵੀ ਉਹਨੇ ਰਸਤੇ ਵਿੱਚ ਵਿਖਰਾ ਦਿੱਤੀਆਂ ਨੇ, ਕੀਮਤ ਨਹੀਂ ਮੰਗੀ, ਵੇਚੀਆਂ ਨਹੀਂ, ਵੇਚੀਆਂ ਨਹੀਂ। ਵੇਚਣ ਵਾਲਾ ਕਦੀ ਖਿਲਾਰਦਾ। ਉਸ ਮਾਲਕ ਨੇ ਸਾਡੇ ਜੀਵਨ ਦੀਆਂ ਜਿੰਨੀਆਂ ਲੋੜਾਂ ਸਨ ਉਹ ਫਰੀ ਦਿੱਤੀਆਂ ਨੇ, ਇਸ ਲਈ ਰਸਤੇ ਵਿੱਚ ਖਿਲਾਰ ਦਿੱਤੀਆਂ ਨੇ। ਲੈ ਚੁਣ ਆਪੇ, ਇੰਨਾ ਕੁ ਗਿਆਨ, ਇੰਨੀ ਕੁ ਸੂਝ ਰੱਖ ਤਾਂ ਕਿ ਤੈਨੂੰ ਆਪਣੀ ਲੋੜ ਦੇ ਦੀ ਵੈਲਿਊ ਦਾ ਪਤਾ ਹੋਵੇ। ਅੱਖਾਂ ਦੀ ਲੋੜ ਹੈ ਜੀਵਨ ਦੇ ਸਫ਼ਰ। ਬਿਨਾ ਕੀਮਤ ਦਿਓ ਤੈਨੂੰ ਦੇ ਦਿੱਤੀ। ਜ਼ਬਾਨ ਦੀ ਲੋੜ ਹੈ ਜੀਵਨ ਦੇ ਲੰਬੇ ਸਫ਼ਰ ਵਿੱਚ। ਪੁੱਛ ਜਿਹਦੇ ਕੋਲ ਅੱਖਾਂ ਨੇ ਉਹਨੂੰ ਜੀਵਨ ਕਿੱਡਾ ਮੁਸ਼ਕਲ ਹੈ, ਮੁਹਾਲ ਹੈ। ਪੁੱਛ ਜਿਹਦੇ ਕੋਲ ਜ਼ਬਾਨ ਨਹੀਂ ਗੂੰਗਾ ਹੈ ਉਹਦਾ ਸਫ਼ਰ ਕਿੱਡਾ ਮੁਹਾਲ ਹੈ। ਕਿਸੇ ਨਾਲ ਗੱਲ ਨਹੀਂ, ਕਿਸੇ ਕੋਲੋਂ ਰਾਹ ਨਹੀਂ ਪੁੱਛ ਸਕਦਾ। ਪੁੱਛ ਜਿਹਦੇ ਕੋਲ ਕੰਨ ਨਹੀਂ, ਸੁਣਨ ਸ਼ਕਤੀ ਨਹੀਂ, ਉਹਦਾ ਜੀਵਨ ਦਾ ਸਫ਼ਰ ਕਿੱਡਾ ਮੁਸ਼ਕਲ ਭਰਿਆ ਹੈ। ਮਾਲਕ ਧੰਨ, ਉਹਨੇ ਤੇਰੀਆਂ ਲੋੜਾਂ ਦੀ ਦਾ ਅਹਿਸਾਸ ਰੱਖਦਿਆਂ ਹੋਇਆਂ ਤੈਨੂੰ ਜੀਵਨ ਦੇ ਸਫ਼ਰ ਦੀਆਂ ਸਾਰੀਆਂ ਚੀਜ਼ਾਂ ਫਰੀ ਵਿੱਚ ਦੇ ਦਿੱਤੀਆਂ, ਵੰਡ ਦਿੱਤੀਆਂ, ਖਿਲਾਰ ਦਿੱਤੀਆਂ। ਦਾ ਆਪੇ ਚੋਣਾਂ ਜੀਵਨ ਦੇ ਸਫ਼ਰ ਵਿੱਚ ਪੈ ਗਿਆ ਇੱਕ ਅਗਿਆਨੀ ਮਨੁੱਖ, ਅੰਧਾ। ਅੰਧਾ ਦਾ ਮਤਲਬ ਗਿਆਨ ਵਿਹੂਣ, ਗਿਆਨ ਵਿਹੂਣਾ ਮਨੁੱਖ ਜੀਵਨ ਦੇ ਸਫ਼ਰ ਵਿੱਚ ਆ ਗਿਆ, ਸੰਸਾਰ ਵਿੱਚ ਆ ਗਿਆ। ਚੀਜ਼ਾਂ ਉਹਨੂੰ ਸਾਰੀਆਂ ਮਿਲ ਗਈਆਂ ਪਰ ਨਾ ਉਹਨਾਂ ਨੂੰ ਇਸ ਦੀ, ਉਹਨੂੰ ਇਹਨਾਂ ਚੀਜ਼ਾਂ ਦੀ ਵੈਲਿਊ ਦਾ ਪਤਾ ਨਹੀਂ ਕਿੰਨੇ ਦਿੱਤੀ। ਹਾਲਾਂਕਿ ਗੁਰੂ ਨੇ ਆਵਾਜ਼ਾਂ ਦਿੱਤੀਆਂ, ਜਿਹਨੇ ਜਿਓ ਪਿੰਡ ਮੁੱਖ ਨੰਗ ਦੀਆ, ਜਿਹਨੇ ਜਿਓ ਪਿੰਡ ਮੁੱਖ ਨੰਗ ਦੀਆ, ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮਲਾ, ਮਾਰਗ ਮੋਤੀ ਮੀਤੇ। ਉਹ ਜਿਹਨਾਂ ਨੂੰ ਅਸੀਂ ਮੋਤੀ ਸਮਝਦੇ ਹਾਂ, ਜਿਹੜੀ ਚੀਜ਼ ਅਮੁੱਲ ਹੋਵੇ, ਕੀਮਤੀ ਹੋਵੇ, ਜਿਹਦੀ ਕੋਈ ਵੈਲਿਊ ਹੋਵੇ, ਜਿਹਦੇ ਬਿਨਾਂ ਸਰਦਾ ਨਾ ਹੋਵੇ, ਉਹ ਮੋਤੀ ਹੈ, ਕੀਮਤੀ। ਤੇ ਸਾਨੂੰ ਰਾਹ ਜਾਂਦਿਆਂ ਨੂੰ ਮਿਲ ਗਈ। ਆਪਾਂ ਕੋਈ ਚੀਜ਼ ਨੂੰ, ਮਨੁੱਖ ਨੂੰ ਬਿਨਾਂ ਕੀਮਤ ਤੋਂ ਮਿਲ ਜਾਏ ਨਾ, ਕਹਿੰਦੇ ਤਾਂ ਰਾਹ ਜਾਂਦਿਆਂ ਹੀ ਮਿਲ ਗਈ। ਮਾਰਗ ਮੋਤੀ ਵਿਥਰੇ, ਰਾਹ ਜਾਂਦਿਆਂ ਮਿਲ ਗਏ। ਜੈ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮਲਾ, ਜੈ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਥ ਵਸਾ। ਮਾਰਗ ਮੋਤੀ
अंदर निकसो जाए ओनू इन चीजा की वैल्यू दे ही पता नहीं ना वो देने वाले नू जानता है ना उन्हें वस्तुओं उन्होंने वस्तुओं नू भी गवा रहा है अखा देख रही ने पर की देखना है की नहीं देखना ये पता नहीं जबान बोल रही है पर असी बोल बिगाड़ बिगाड़े बोल की बोलना है की नहीं बोलना इन्हें कोई पता नहीं बाबा बोलना क्या कही है पता ही जबान बोल रही पता नहीं कान सुन रहे हैं पता नहीं क्या सुनन दो कौन गुरु आख क्या सुनन दो कौन मंजन पवन झुला रहा नानक सुनियर ते परवान परवान केड़े सुनियर ने केड़े कान ने ओए नु को पता नहीं चीजा मिल गई ने पर क्योंकि राह जाते मिल गई ने मार्ग मोती भी थे ज्ञान भी होना है ये पता ही नहीं इन्हों की वैल्यू की जिन्होंने नहीं कान मिले जिन्होंने नहीं अखा मिली उन्होंने को पूछ इन्हों की वैल्यू पर मिल गई ज्ञान भी होना है अंधा निकसियो आए उस मार्ग से जीवन के मार्ग में अंधे ज्ञान भी होना मनुख तुरै फिरता है ਇਹ ਚੀਜ਼ਾਂ ਜਿਹੜੀਆਂ ਇਹਨੂੰ ਪਹੁੰਚਦੇ ਪਾੜੇ ਰਾਹ ਜਾਂਦੇ ਮਿਲ ਗਈਆਂ ਨੇ ਉਹਨਾਂ ਦੀ ਵੈਲਿਊ ਨਹੀਂ ਜਾਣਦਾ ਗੁਆਰੇ ਅੱਖਾਂ ਤੇ ਗੁਆਚਣਗੀਆਂ ਉਮਰ ਨਾਲ ਗੁਆਚ ਜਾਣਗੀਆਂ ਕੰਨ ਤੇ ਗੁਆਚਣਗੇ ਉਮਰ ਨਾਲ ਗੁਆਚ ਜਾਣਗੇ ਕਹਿੰਦਾ ਪੁੱਤਰ ਗੁਆਰੇ ਲੰਘ ਰਿਹਾ ਤੇ ਪੈਰਾਂ ਥੱਲਿਓ ਮਸਲ ਘਿਰਾ ਲੰਘ ਰਿਹਾ ਇਹਨੂੰ ਪਤਾ ਹੀ ਨਹੀਂ ਇਹਨਾਂ ਦੀ ਵੈਲਿਊ ਕੀ ਅੰਦਾ ਵਿਕਸਿਓ ਆਏ ਜੋਤ ਬਿਨਾਂ ਜਗਦੀਸ਼ ਉਸ ਮਾਲਿਕ ਦੇ ਦਿੱਤੇ ਹੋਏ ਵਿਚਾਰ ਰੂਪੀ ਗਿਆਨ ਤੋਂ ਬਿਨਾਂ ਸੱਖਣਾ ਮਨੁੱਖ ਜਿਹੜਾ ਉਹ ਇਹਨੂੰ ਜਗਤ ਉਲੰਘੇ ਜਾਏ ਲਤਾੜ ਲਤਾੜ ਕੇ ਲੰਘ ਲਈ ਇਹ ਸਾਰੀਆਂ ਵਸਤੂਆਂ ਜਿਹੜੀਆਂ ਕੀਮਤੀ ਇਹਨੂੰ ਜੀਵਨ ਵਿੱਚ ਰਾਹ ਜਾਂਦੇ ਮਿਲ ਗਈਆਂ ਨੇ ਉਹਨਾਂ ਦਾ ਇਹਨੂੰ ਪਤਾ ਹੀ ਨਹੀਂ ਆਖਰ ਇਹਦੀ ਇਹ ਅਵਸਥਾ ਇਹਦੀ ਹਾਲਤ ਇਹ ਕਿਉਂ ਹੋ ਗਈ ਕੀਮਤੀ ਚੀਜ਼ਾਂ ਹੱਥ ਆਉਣ ਤੇ ਐਸਾ ਮਨੁੱਖ ਹੋਵੇ ਉਹਨਾਂ ਚੀਜ਼ਾਂ ਦੀ ਵੈਲਿਊ ਨਾ ਜਾਣਦਾ ਹੋਵੇ ਗਵਾਲ ਸੋਚਣਾ ਤੇ ਪਏਗਾ ਜਿਹੜਾ ਇਹ ਵੀ ਨਹੀਂ ਜਾਣਦਾ ਵੀ ਇਹ ਵਸਤੂਆਂ ਇਹ ਮੋਤੀ ਦਿੱਤੇ ਕਿੰਨੇ ਨੇ ਇਹ ਅੱਖਾਂ ਦਿੱਤੀਆਂ ਕਿੰਨੇ ਨੇ ਇਹ ਕੰਨ ਦਿੱਤੇ ਕਿੰਨੇ ਨੇ ਇਹ ਜ਼ੁਬਾਨ ਦਿੱਤੀ ਕਿੰਨੇ ਜਿਹੜਾ ਇਹ ਵੀ ਨਹੀਂ ਜਾਣਦਾ ਤੇ ਕਿਉਂ ਨਹੀਂ ਜਾਣਦਾ ਇਹ ਮਸਲਾ ਅਗਲੇ ਸ਼ਲੋਕ ਵਿੱਚ ਆ ਬਾਬਾ ਕਬੀਰ ਇੱਥੇ ਇੱਕ ਉਲੰਭਾ ਦਿੰਦੇ ਇਸ ਲੋਕ ਬੜਾ ਸੰਭਲ ਕੇ ਸਮਝਣ ਵਾਲੇ ਬਾਬਾ ਕਬੀਰ ਇਹ ਕੋਲਾ ਬਹਿੰਦੇ ਕਹਿੰਦੇ ਕੀ ਮੇਰਾ ਤੇ ਬੰਸ ਮੇਰਾ ਸਰਬੰਸ ਮੇਰੀ ਕੁੱਲੀ ਖਤਮ ਹੋ ਗਈ ਕੁੱਲ ਪਿਛਲੀ ਪਿਛਲੇ ਦਿਨਾਂ ਵਿੱਚ ਆ ਚੁੱਕੀ ਲਫ਼ਜ਼ ਕੁੱਲ ਹੈ
हूँ बाबा कबीर क्योंकि सिमरन वाला है इसलिए जो अपने किसी भी सरबंस ये देखता है कि सिमरन को छड़ बैठा है तो उसमें तो मेरी कुल खत्म हो गई। हुण इत्थे सवाल है बाबा कबीर कहिंदा मेरी कुल खत्म हो रही है मेरी बंस बुढ़ रही भार डुब रही है क्यों मेरे घर कमाल का पुत्र पैदा हो गया इतने एक लफ्ज होना चाहना जो मैं देखने तो हसने कुछ पढ़ने उनके कुछ वीर ने हम तो खैर बड़ी जागृति है उन्होंने हर एक चीज को वखरा नाम दे दिता जिमें बाबा कबीर जी ने बाणी लोई तो पारसी लुकाई उन्होंने कबीर की घरवाली का नाम लोई दे दिता हूँ इतने लफज कमाल है साखीकारा ने जेडे ब्रह्म ने विचारा था साखीकार ने एक वक्री साधु प्रमाण की आती है भगत माल नाम की एक ग्रंथ है जो साखीकारा ने लिखा जो सिर्फ हर एक चीज में किसी साखी का रूप देता है ग्रंथ भगत माल उन्हें इतने ਇਹ ਲਫ਼ਜ਼ ਕਹਿ ਦਿੱਤੇ ਕਿ ਕਮਾਲ ਬਾਬਾ ਕਬੀਰ ਜੀ ਦੇ ਪੁੱਤਰ ਦਾ ਨਾਮ ਸੀ ਕਮਾਲੀ ਉਹਦੀ ਬੱਚੀ ਦਾ ਨਾਂ ਸੀ ਇੱਕ ਧੀ ਸੀ ਇੱਕ ਪੁੱਤਰ ਸੀ ਪੁੱਤਰ ਦਾ ਨਾਂ ਕਮਾਲਾ ਸੀ ਤੇ ਧੀ ਦਾ ਨਾਂ ਕਮਾਲੀ ਸੀ ਪਰ ਆਪਾਂ ਕਮਾਲ ਦਾ ਲਫ਼ਜ਼ ਉੱਥੇ ਕਹਿੰਦੇ ਹਾਂ ਜਿਹੜਾ ਅਜੀਬ ਕਿਸਮ ਦਾ ਹੋ ਵੱਖਰੀ ਕਿਸਮ ਦਾ ਕਮਾਲ ਦੀ ਗੱਲ ਜੋ ਕੁਝ ਹੋਇਆ ਕਮਾਲ ਹੋ ਗਿਆ ਜਿਹੜਾ ਅਜੀਬ ਕਿਸਮ ਦਾ ਹੁਣ ਬਾਬਾ ਕਬੀਰ ਜੀ ਦਾ ਇਹ ਖਿਆਲ ਪੜ੍ਹਦੇ ਕਹਿੰਦੇ कबीर का परिवार ही सरबंस ही डूब गया इतने सरबंस है इंद्रे परिवार दे जीवन परिवार का हिस्सा ने जो मन बदलता है ना एक ख्याल करो उदो सारे इंद्रियों के कारोबार बदल जाते हैं अखा ਦੀ ਦੇਖਣੀ ਤੱਕਣੀ ਬਦਲਦੀ ਚੰਗੀ ਜਾਂ ਮੰਦੀ ਤੱਕਣੀ ਮਨ ਤੇ ਨਿਰਭਰ ਹੈ ਮਨ ਤੇ ਜਦੋਂ ਗੁਰੂ ਨੇ ਐਵੇਂ ਬਾਣੀ ਵਿੱਚ ਨਹੀਂ ਕਹਿ ਦਿੱਤਾ ਗੁਰੂ ਕਹਿੰਦੇ ਮਨ ਮੈਲ ਮਨ ਮੈਲ ਸਭ ਕਿਛ जो मन बदलता है उदो सब कुछ बदल जाता है मन मैला हो अखा की तकनी मैली हो जाती है जबान की बोली कौड़ी हो जाती है कन्ना की स्रोत बदल जाती है चंगी सच सुनना भी पसंद नहीं आता एक थां ते नहीं अनेक थावां ते आख्या कि जिहड़ा मनमुख है वह सच सुन नहीं सकता बदल जाते ते इस सारे सरबंस ने मेरा परिवार तो यह ने अखा ने जीवन का परिवार है अखा ने कान ने जबान है
ਇੰਦਰੇ ਨੇ ਇਹ ਸਾਰੇ ਬਹਿਰੇ ਹੋ ਗਏ, ਸਾਰੇ ਬੂਢਾ ਬੰਸ ਕਬੂਲ ਕਰ, ਸਾਰੇ ਡੁੱਬ ਗਏ। ਕਿਉਂ? ਕਿਉਂਕਿ ਜੋ ਪੂਤ ਕਮਾਲ ਦਾ ਅਜੀਬ ਕਿਸਮ ਦਾ ਪੁੱਤਰ ਪੈਦਾ ਹੋਇਆ, ਜੋ ਪੂਤ ਕਮਾਲ ਹੈ, ਉਹ ਪੁੱਤ ਕਿਹੜਾ? ਮਨ, ਅਜੀਬ ਕਿਸਮ ਦਾ ਮਨ ਪੈਦਾ ਹੋਇਆ। ਮਨ ਪੈਦਾ ਕਿੱਥੋਂ ਹੋਇਆ? ਮਾਇਆ ਤੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਨੂੰ ਬੜਾ ਸਪਸ਼ਟ ਕੀਤਾ ਗਿਆ। ਕਹਿਣ ਲੱਗੇ ਕਹਾਣੀ ਤੁਹਾਨੂੰ ਸੁਣਾਵਾਂ। ਇਹਦੇ ਵਿੱਚ ਵੀ ਪੁੱਤਰ ਪੈਦਾ ਹੋਇਆ ਤੇ ਉਹ ਪੁੱਤਰ ਸੀ ਮਨ, ਮਨ ਸੀ ਬੱਚਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਰਾਜਾ ਆਦਤ ਹੁੰਦੀ ਹੈ, ਉਹ ਅੜੀਅਲ ਹੁੰਦਾ, ਕਿਸੇ ਦੀ ਗੱਲ ਨਹੀਂ ਮੰਨਦਾ। ਬੱਚੇ ਦੀ ਅੜੀ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਕਹਾਵਤਾਂ ਬਣ ਗਈਆਂ। ਉਹ ਜਿਸ ਗੱਲ ਤੇ ਅੜ ਜਾਏ ਅੜ ਜਾਂਦਾ ਹੈ। ਤੇ ਕਹਿਣ ਲੱਗੇ ਇਹੋ ਹਾਲਤ ਮਨ ਦੀ ਹੈ। ਆ ਜਿੰਨੇ ਗ੍ਰੰਥ ਨੇ, ਜਿੰਨੇ ਧਰਮ ਨੇ, ਜਿੰਨੀ ਗਿਆਨ ਦੀ ਗੱਲ ਹੈ, ਸਾਰੀ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਹੈ ਵੀ ਭਲੇ ਆਪਣੀ ਅੜੀ ਛੱਡ ਦੇਵੇ। ਮਨ ਸਮਝਾਉਣ ਕਾਰਨ ਕਛੂਆ ਕੇ ਪੜ੍ਹੀਏ ਗਿਆਨ। ਜਿੰਨੇ ਕਿਤਾਬਾਂ ਨੇ ਧਰਮ ਦੀਆਂ, ਜਿੰਨੇ ਧਰਮ ਸਥਾਨ ਤੇ ਗੱਲਾਂ ਬਾਤਾਂ, ਸਾਰੀਆਂ ਮਨ ਨੂੰ ਸਮਝਾਉਣ ਦੀ। ਕਿਉਂਕਿ ਮਨ ਹੀ ਇਸ ਕਿਸਮ ਦਾ ਹੋ ਗਿਆ ਜਿਹਨੂੰ ਦਿਨ ਰਾਤ 24 ਘੰਟੇ ਲੋਕ ਸਮਝਾਈ ਜਾਂਦੇ ਨੇ, ਇਹਨੇ ਮਸੀਤਾਂ ਵਿੱਚ ਬੈਠੇ, ਗੁਰਦੁਆਰਿਆਂ ਵਿੱਚ ਬੈਠੇ, ਮੰਦਰਾਂ ਵਿੱਚ ਬੈਠੇ, ਮਨ ਹੀ ਨਹੀਂ ਸਮਝਦਾ। ਅੜੀਅਲ। ਬਾਬਾ ਕਬੀਰ ਜੀ ਨੇ ਇੱਕ ਸ਼ਬਦ ਇੱਕ ਥਾਂ ਤੇ ਆਖਿਆ, ਕਹਿਣ ਲੱਗੇ ਕਿਉਂ ਲੀਜੇ ਗੜਬੰਕਾ ਭਾਈ, ਦਵਰ ਕੋਟ ਔਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਦ ਸਰਾ ਅਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੋ ਕਾਮ ਕੁਵਾਰੀ, ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ, ਪ੍ਰਧਾਨ ਮਹਾਂ ਬੜ ਦੁੰਦਰ ਤੈ ਮਨ ਮਵਾਸੀ ਰਾਜਾ। ਮਨ ਰਾਜਾ, ਮਨ ਮਨ ਤੇ ਮਾਨਿਆ, ਮਨ ਸਭ ਮਣੇ ਸਮਾਈ। ਬਲਕਿ ਇੱਥੋਂ ਤੱਕ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਗੁਰਬਿਣ ਕਿਨ ਸਮਝਾਈਏ ਮਨ ਰਾਜਾ ਸੁਲਤਾਨ। ਰਾਜੇ ਦੀ ਅੜੀ ਤੇ ਬਾਲ ਦੀ ਅੜੀ, ਬੱਚੇ ਦੀ ਅੜੀ ਬੜੀ ਮੁਸ਼ਕਲ ਨਾਲ ਬਦਲਦੀ। ਤੇ ਕਿੱਡੀ ਅਜੀਬ ਗੱਲ ਹੈ, ਮਨ ਜਿਹੜਾ ਉਹ ਰਾਜਾ ਵੀ ਹੈ ਤੇ ਬਾਲ ਵੀ ਹੈ। ਡਬਲ ਅੜੀ ਆ ਗਈ, ਮੈਨੂੰ ਕੌਣ ਸਮਝਾਵੇ? ਇਸੇ ਲਈ ਸਦੀਆਂ ਗੁਜ਼ਰ ਗਈਆਂ ਨੇ, ਇੰਨੇ ਗ੍ਰੰਥ ਲਿਖੇ ਗਏ ਨੇ ਮਨ ਨੂੰ ਸਮਝਾਉਣ ਦੀ ਖਾਤਰ। ਗੁਰੂ ਨੇ ਵੀ ਬਾਣੀ ਅੰਦਰ ਇਸੇ ਲਈ ਕਹਿ ਦਿੱਤਾ, ਸਾਰਾ ਗਿਆਨ। ਕਿਉਂਕਿ ਸਤਿਗੁਰ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਜਿੱਥੇ ਗਿਆਨ ਹੈ ਉੱਥੇ ਹੀ ਧਰਮ ਹੈ, ਜਿੱਥੇ ਗਿਆਨ ਨਹੀਂ ਉੱਥੇ ਧਰਮ ਨਹੀਂ, ਜਾਂ ਗਿਆਨ ਤੇ ਧਰਮ ਹੈ। ਇਸ ਲਈ ਧਰਮ ਦੀ ਦੁਨੀਆ ਜਿੰਨੀ ਹੈ ਸਾਰੀ ਉਹ ਗਿਆਨ ਤੇ ਨਿਰਭਰ ਹੈ, ਗਿਆਨ ਨਾਲ ਸੰਬੰਧ ਰੱਖਦੀ ਹੈ। ਗਿਆਨ ਦਾ ਮਤਲਬ ਹੈ ਮਨ ਨੂੰ ਸਮਝਾਉਣਾ।
ਇੰਨੀ ਦੁਨੀਆ ਮਨ ਨੂੰ ਸਮਝਾਉਣ ਲੱਗੀ ਹੋਈ ਹੈ, ਇਹਦਾ ਮਤਲਬ ਮਨ ਹੀ ਇੱਕ ਐਸੀ ਚੀਜ਼ ਹੈ ਜਿਹੜਾ ਅੜਿਆ ਹੋਇਆ ਕਿਸੇ ਗੱਲ 'ਤੇ ਰੁਕਦਾ ਹੀ ਨਹੀਂ, ਕਿਉਂਕਿ ਮਾਲਕ ਹੈ ਪੁੱਤਰ ਤੇ ਕਿਹੜਾ ਅੜੀਅਲ ਔਰ ਭੁੱਖੀ ਮੱਤ ਦਾ ਵਿਗੜਿਆ ਹੋਇਆ ਪੁੱਤਰ ਹੈ, ਜਿਹਦਾ ਜ਼ਿਕਰ ਬਾਬਾ ਕਬੀਰ ਜੀ ਨੇ ਇੱਕ ਥਾਂ 'ਤੇ ਬਾਣੀ ਵਿੱਚ ਕਰ ਦਿੱਤਾ। ਕਹਿਣ ਲੱਗੇ ਇਹਨੂੰ ਜਨਮ ਵੀ ਦਿੱਤਾ ਹੈ ਮਾਇਆ ਨੇ, ਇਹਨੂੰ ਜਨਮ ਦਿੱਤਾ ਮਾਇਆ ਨੇ, ਤੇ ਜਿਸ ਦਿਨ ਮਾਇਆ ਨੇ ਇਹਨੂੰ ਜਨਮ ਦਿੱਤਾ ਹੈ, ਜੀਵ ਨੇ ਤੇ ਮਾਇਆ ਨੇ ਮਿਲ ਕੇ ਇਸਨੂੰ ਜਨਮ ਦਿੱਤਾ, ਤੇ ਜਿਸ ਦਿਨ ਜਨਮ ਦਿੱਤਾ ਹੈ ਬਾਬਾ ਕਬੀਰ ਕਹਿੰਦਾ ਮੈਨੂੰ ਇਉਂ ਨਜ਼ਰ ਆਉਂਦਾ ਹੈ ਮਾਨੋ ਇਹਨੇ ਆਪਣੇ ਖਸਮ ਨੂੰ ਜਨਮ ਦਿੱਤਾ। ਗੁਰਬਾਣੀ ਕਿਉਂ ਜੋ ਇਹ ਖਸਮ ਹੈ ਜਾਇਆ, ਜੋ ਇਹ ਕਹਿੰਦੇ ਨੇ ਔਰਤ ਉਹਨੇ ਆਪਣੇ ਖਸਮ ਨੂੰ ਜਨਮ ਦਿੱਤਾ, ਕਿਉਂਕਿ ਮਨ ਜਿਹੜਾ ਉਹ ਮਾਇਆ ਨੂੰ ਸੰਭਾਲਣ ਵਿੱਚ ਹੀ ਲੱਗਾ ਹੋਇਆ, ਮਾਇਆ ਨੂੰ ਕਮਾਉਣ ਵਿੱਚ, ਮਾਇਆ ਜੋੜਨ ਵਿੱਚ, ਮਾਇਕੀ ਪਦਾਰਥਾਂ ਦੇ ਉਲਝਣ ਵਿੱਚ ਪਿਆ ਹੋਇਆ। ਇਸ ਲਈ ਮੈਨੂੰ ਨਜ਼ਰ ਆਉਂਦਾ ਬਾਬਾ ਕਬੀਰ ਕਹਿੰਦੇ ਨੇ ਕਿ ਮਾਇਆ ਨੇ ਆਪਣੇ ਖਸਮ ਨੂੰ ਜਨਮ ਦੇ ਦਿੱਤਾ, ਤੇ ਉਹ ਪਿਤਾ ਜਿਹੜਾ ਜੀਉ ਸੀ ਉਹਨੂੰ ਇਹ ਮਨ ਹੀ ਖਿਡਾ ਰਿਹਾ, ਜਿਹੜੇ ਪਾਸੇ ਜੀਉ ਨੂੰ ਲਾ ਰਿਹਾ ਉਸ ਪਾਸੇ ਉਹ ਲੱਗ ਰਿਹਾ, ਮਨ ਨੂੰ ਆਪਣੇ ਬਾਪੂ ਨੂੰ ਆਪ ਪਿਆ ਖਿਡਾਉਂਦਾ। ਗੁਰਬਾਣੀ ਦੀ ਤੁਕ ਹੈ ਜੋ ਇਹ ਖਸਮ ਹੈ ਜਾਇਆ, ਪੂਤ ਬਾਪ ਖੇਲਾਇਆ। ਅੱਗੇ ਜਾ ਕੇ ਇੱਕ ਲਫ਼ਜ਼ ਕਹਿੰਦੇ ਨੇ ਸੁਣੋ ਲੋਗਾ, ਸੁਣੋ ਲੋਗਾ ਨਾਲ ਕੋ ਭਾਓ, ਕਹਿੰਦੇ ਨੇ ਕੈਸਾ ਕਲਯੁਗ ਆ ਗਿਆ, ਦੱਸੋ ਵਿਗੜਿਆ ਹੋਇਆ ਮਨ ਜਿਹੜਾ ਜੀਵਨ ਨੂੰ ਬਰਬਾਦ ਕਰ ਰਿਹਾ ਹੈ, ਤੇ ਅਰਥ ਵਿੱਚ ਰਸਤੇ ਵਿੱਚ ਖਿਲਰੇ ਹੋਏ ਮੋਤੀਏ ਵਿਖਰੇ ਹੋਏ ਮੋਤੀਆਂ ਨੂੰ ਛੱਡ ਕੇ ਤੇ ਕਿਸ ਚੀਜ਼ ਨੂੰ ਗ੍ਰਹਿਣ ਕਰ ਰਿਹਾ, ਕਿਉਂਕਿ ਅੰਧਾ ਹੈ। ਦੋਹਾਂ ਸਲੋਕਾਂ ਦਾ ਮੇਲ ਹੈ ਆਪਸ ਵਿੱਚ, ਕਿਉਂਕਿ ਅੰਧਾ ਹੈ ਤੇ ਅੜੀ ਵਾਲਾ ਹੈ। ਕਹਿਣ ਲੱਗੇ ਸੁਣੋ ਲੋਗਾ ਕਲ ਕੋ ਭਾਓ, ਮੈਂ ਕਲਯੁਗ ਦੀ ਤੁਹਾਨੂੰ ਨਿਸ਼ਾਨੀ ਦੱਸਾਂ। ਕਹਿਣ ਲੱਗੇ ਸੁੱਤ ਮੁਕਲਾਈ ਆਪਣੀ ਮਾਓ, ਹੈ ਜਿਸ ਮਾਂ ਨੇ ਇਹਨੂੰ ਜਨਮ ਦਿੱਤਾ ਸੀ ਉਸੇ ਨੂੰ ਇਹਨੇ ਵਿਆਹ ਲਿਆ, ਉਹਦੇ ਨਾਲ ਹੀ ਇਸਨੇ ਵਿਆਹ ਕਰਾ ਲਿਆ, ਭਾਵ ਆਪਣੀ ਜੀਵਨ ਸਾਥਣੀ ਮਾਇਆ ਨੂੰ ਬਣਾ ਲਿਆ। ਕਹਿੰਦੇ ਮੈਨੂੰ ਹੋਰ ਕਿਸੇ ਸਾਥੀ ਦੀ ਲੋੜ ਹੀ ਨਹੀਂ, ਮੈਨੂੰ ਗੁਰੂ ਨਹੀਂ ਚਾਹੀਦਾ, ਮੈਨੂੰ ਰੱਬ ਨਹੀਂ ਚਾਹੀਦਾ, ਮੈਨੂੰ ਕੋਈ ਰਿਸ਼ਤੇਦਾਰ ਨਹੀਂ ਚਾਹੀਦਾ, ਮੈਨੂੰ ਕੋਈ ਮਿੱਤਰ ਨਹੀਂ ਚਾਹੀਦਾ, ਮੈਨੂੰ ਮੇਰੇ ਲਈ ਤਾਂ ਸਭ ਕੁਝ ਮਾਇਆ ਹੀ ਹੈ। ਹੈ ਉਹਨੇ ਤੈਨੂੰ ਜਨਮ ਦਿੱਤਾ, ਉਹ ਤਾਂ ਤੇਰੀ ਮਾਂ ਹੈ, ਉਹ ਤਾਂ ਤੇਰੀ ਮਾਂ ਹੈ, ਪਰ ਇਹ ਹੈ ਸੀ ਹੁੰਦਾ ਪੁੱਤਰ ਉਸੇ ਨੂੰ ਵਿਆਹ ਬੈਠਾ ਹੈ, ਉਹਦੇ ਨਾਲ ਹੀ ਆਪਣਾ ਜੀਵਨ ਜੋੜ ਬੈਠਾ ਹੈ, ਮਾਨੋ ਵਿਆਹ ਹੀ ਉਹਦੇ ਨਾਲ, ਵਿਆਹ ਆਪਾਂ ਉਸੇ ਨੂੰ ਕਹਿੰਦੇ ਹਾਂ ਜਿਹੜਾ ਬਿਲਕੁਲ ਪੱਕਾ ਜੁੜਿਆ ਹੋਵੇ, ਕਿ ਫਲਾਣਾ ਤਾਂ ਜੀ ਫਲਾਣੇ ਨਾਲ ਵਿਆਹ ਆ ਗਿਆ, ਇਸਦਾ ਮਤਲਬ ਉਹਦਾ ਪੱਕਾ ਸਾਥੀ ਹੋ ਗਿਆ। ਕਹਿਣ ਲੱਗੇ ਗੁਰੂ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਉਹ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਮਨ ਵਿੱਚ ਜੁੜ ਗਏ ਨੇ ਜਿਵੇਂ ਵੱਖ ਹੋ ਹੀ ਨਹੀਂ ਸਕਦੇ, ਮਨ ਮਾਇਆ ਮੈਂ ਰਮ ਰਹੇ ਹੋ, ਨਿਕਸ਼ਤ ਨਾਹਨ ਮੀਤ, ਵੱਖ ਨਹੀਂ ਹੋ ਸਕਦੇ, ਇਉਂ ਵਿਆਹ ਗਏ ਨੇ ਮਨੋ ਮਨ, ਮਨ ਤੇ ਮਾਇਆ ਆਪਸ ਵਿੱਚ ਵਿਆਹ ਕਰਾ ਗਿਆ। ਇਹੋ ਹੀ ਗੱਲ ਬਾਬਾ ਕਬੀਰ ਨੇ ਦੂਜੇ ਲਫ਼ਜ਼ਾਂ ਵਿੱਚ ਕਹਿ ਦਿੱਤੀ, ਸੁਣੋ ਲੋਗਾ ਕਲ ਕਾ ਭਾਓ,
ਮੈਂ ਕਲਯੁਗ ਦੀ ਨਿਸ਼ਾਨੀ ਦੱਸਾਂ ਕਿ ਜਿਸ ਮਾਇਆ ਨੇ ਮਨ ਨੂੰ ਜਨਮ ਦਿੱਤਾ ਸੀ ਮਨ ਉਸੇ ਮਾਇਆ ਨਾਲ ਵਿਆਹ ਕਰਾ ਬੈਠਾ ਸੁੱਤ ਮੁਕਲ ਆਈ ਆਪਣੀ ਮਾਂ ਹੁਣ ਉਹਦੇ ਨਾਲ ਉਹਦਾ ਵਿਆਹ ਹੋ ਗਿਆ ਉਹਦੀ ਜੀਵਨ ਸਾਥਣ ਮਾਇਆ ਹੋ ਗਈ ਹੁਣ ਉਹ ਮਾਇਆ ਤੋਂ ਬਿਨਾਂ ਮਾਇਆ ਛੱਡ ਕੇ ਕਿਸੇ ਹੋਰ ਨਾਲ ਜੁੜ ਨਹੀਂ ਸਕਦਾ ਇਹੋ ਗੱਲ ਬਾਬਾ ਕਬੀਰ ਨੇ ਕਹਿ ਦਿੱਤੀ ਕਹਿਣ ਲੱਗੇ ਬੁੱਢਾ ਬੰਸ ਕਬੀਰ ਕਾ ਬੁੱਢਾ ਬੰਸ ਕਬੀਰ ਇਹੋ ਮੇਰਾ ਸਰਬੰਸ ਮੇਰਾ ਜੀਵਨ ਬਰਬਾਦ ਹੋਇਆ ਬੁੱਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ ਹਰ ਕਾ ਸਿਮਰਨ ਛੱਡ ਕੇ ਉਹ ਹਰੀ ਦਾ ਸਿਮਰਨ ਵੀ ਚੰਗਾ ਨਹੀਂ ਉਹਨੂੰ ਰੱਬ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਵਿਆਹਿਆ ਹੋਇਆ ਮਾਇਆ ਨਾਲ ਵਿਆਹ ਕਰਾਉਣ ਕਰਕੇ ਹੁਣ ਉਹ ਉੱਧਰ ਆਪਣੀ ਜ਼ਿੰਦਗੀ ਦੀ ਸੰਭਾਲ ਕਰੇ ਕਿ ਰੱਬ ਨਾਲ ਕਰੇ ਕਬੀਰ ਬੁੱਢਾ ਬੰਸ ਕਬੀਰ ਕਾ ਉਪਜੋ ਪੂਤ ਕਮਾਲ ਕਮਾਲ ਦਾ ਇਹ ਪੁੱਤਰ ਪੈਦਾ ਅਜੀਬ ਕਿਸਮ ਦਾ ਪੁੱਤਰ ਪੈਦਾ ਹੋਇਆ ਇਹ ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ ਆਪਣੇ ਜੀਵਨ ਦੇ ਘਰ ਵਿੱਚ ਕੇਵਲ ਦੌਲਤ ਇਕੱਠੀ ਕਰਨ ਲਈ ਅਮਰ ਸਵੰਬਰ ਰੱਖ ਲਿਆ ਮਾਨੋ ਇਹ ਮਾਇਆ ਦੇ ਘਰ ਪੈਦਾ ਹੋ ਕੇ ਮਾਇਆ ਦਾ ਹੀ ਪੁੱਤਰ ਬਣ ਗਿਆ ਤੇ ਮਾਇਆ ਦਾ ਹੀ ਖਸਮ ਬਣ ਗਿਆ ਜੋਏ ਖਸਮ ਹੈ ਜਾਇਆ ਪੂਤ ਬਾਪ ਖਿਲਾਇਆ ਅੱਗੇ ਜਾ ਕੇ ਕਹਿਣ ਲੱਗੇ ਸੁਣੋ ਲੋਕਾ ਕੱਲ ਕੋ ਭਾਓ ਸੁੱਤ ਮੁਕਲਾਈ ਆਪਣੀ ਮਾਓ ਕਹਿਣ ਲੱਗੇ ਇਉਂ ਮੇਰਾ ਸਰਬੰਸ ਭਾਵ ਮੇਰਾ ਜੀਵਨ ਇਸ ਮਨ ਨੇ ਬਰਬਾਦ ਕਰ ਦਿੱਤਾ ਹੈ ਤੇ ਇਹੋ ਹੀ ਗੱਲ ਬਾਬਾ ਕਬੀਰ ਜੀ ਇਸ ਸਲੋਕ ਵਿੱਚ ਆਖ ਰਹੇ ਨੇ ਜਗਤ ਉਲੰਘਿਆ ਜਾ
सफर है ते दे जीवन देने वाले ने बड़ी कीमती मोती तेरिया लोड़ा फ्री तेरे राह विच खिलार दित्तियां ने तेनु राह जांदे मिल गईयां मिल जांदी पर बदकिस्मती तू ज्ञान भी होना होन करके अंधे वांगू उना मोतियां ते पैर धर धर के लताड़ के लंघ रहा है उना दी वैल्यू नहीं जानदा पछाणदा ते जिस मालिक ने तैनू जीवन दिता है उन्दे नाल जुड़न दी बजाय माया जिन्ने तैनू जन्म दिता है जीवन ते जन्म दो चीज़ां वख वख ने जिस माया ने तैनू जन्म दिता है उस माया रूपी मां दा ही खसम बन के उसे नाल विआह करा के अपनी जिंदगी जीवन ओंदे नाल ही जोड़ बैठा है तैनू रब भी भुल गया है जिन्हें तैनू जीवन दिता है क्योंकि जन्म ते जीवन विच फर्क है जीवन बाद विच मिलता है जन्म पहला मिलता है जन्म शरीर दा होंदा है जन्म हमेशा शरीर दा होंदा है जीवन दा नहीं इसलिए जीवन तो प्रभु उस शरीर विच रखता है किस दे चानन सब में चानन होए ओ जन्म लैंदा है शरीर जीवन परमात्मा प्रभु उन्दे विच रखता है तो जन्म जड़ा माया तो पैदा होंदा है माया दी किरत है उन्दे नाल जुड़ गया है ते जिन्हें तेनू जीवन दिता है जिन्हें तेनू जीवन दे साधन मोती दिते ने उन्हों भुल गया है बस आ दो चीज़ा अज्ञानता कारण ने अंधा निकसिया ये है अज्ञानता का जीवन सफर जिन्दे तो निकलना है इन्हों शब्दों नाल खिमादा जाचेगा वाहेगुरु जी का खालसा वाहेगुरु जी की फतेह।